ਲੁਧਿਆਣਾ ਵਿੱਚ ਕੋਰੋਨਾ ਵਾਇਰਸ ਦੀ ਲੋਕਾਂ ਨੂੰ ਨਹੀਂ ਹੈ ਕੋਈ ਪਰਵਾਹ। ਐਡਵਾਈਜ਼ਰੀ ਦੇ ਬਾਵਜੂਦ ਮਨਾਈ ਜਾ ਰਹੀ ਹੈ ਹੋਲੀ। ਹੁਣ ਪੰਜਾਬ ਪੁਲਿਸ ਲਵੇਗੀ ਸਖ਼ਤ ਐਕਸ਼ਨ। ਕੋਰੋਨਾ ਵਾਇਰਸ ਦੇ ਚੱਲਦਿਆਂ ਬੇਸ਼ੱਕ ਦੇਸ਼ ਦੇ ਪ੍ਰਧਾਨ ਮੰਤਰੀ ਦੇ ਨਾਲ ਨਾਲ ਸਰਕਾਰਾਂ ਵੱਲੋਂ ਹੋਲੀ ਸੰਬੰਧੀ ਰੱਖੇ ਸਾਰੇ ਪ੍ਰੋਗਰਾਮ ਰੱਦ ਕਰ ਦਿੱਤੇ ਗਏ ਨੇ, ਪਰ ਲੁਧਿਆਣਾ ਦੇ ਵਿੱਚ ਇਸ ਦਾ ਅਸਰ ਹੁੰਦਾ ਵਿਖਾਈ ਨਹੀਂ ਦੇ ਰਿਹਾ। ਹਾਲਾਂਕਿ ਸ਼ਹਿਰ ਦੇ ਕੁਝ ਇਲਾਕਿਆਂ 'ਚ ਤਾਂ ਕੋਰੋਨਾ ਵਾਇਰਸ ਦੇ ਡਰੋਂ ਹੋਲੀ ਦੇ ਪ੍ਰੋਗਰਾਮ ਕੈਂਸਲ ਹੋਏ ਨੇ, ਪਰ ਸਾਊਥ ਸਿਟੀ ਇਲਾਕੇ 'ਚ ਪੈਂਦੇ F2 ਰੇਸ ਵਿੱਚ ਰੱਖਿਆ ਪ੍ਰੋਗਰਾਮ ਰੱਦ ਨਹੀਂ ਕੀਤਾ ਗਿਆ। ਕੋਰੋਨਾ ਵਾਇਰਸ ਦੇ ਚੱਲਦੇ ਲਗਾਤਾਰ ਸਰਕਾਰ ਅਤੇ ਪ੍ਰਸ਼ਾਸਨ ਵੱਲੋਂ ਐਡਵਾਈਜ਼ਰੀਆਂ ਜਾਰੀ ਕੀਤੀਆਂ ਗਈਆਂ ਨੇ ਕਿ ਮਾਸ ਗੈਦਰਿੰਗ ਵੱਡੇ ਇਕੱਠ ਤੋਂ ਗੁਰੇਜ਼ ਕੀਤਾ ਜਾਵੇ, ਜਿਸ ਨੂੰ ਦੇਖਦੇ ਹੋਏ ਹੋਲੀ ਦੇ ਸੰਬੰਧੀ ਕਈ ਇਵੈਂਟ ਜਿਹੜੇ ਕੈਂਸਲ ਕਰ ਦਿੱਤੇ ਗਏ ਨੇ ਆਯੋਜਕਾਂ ਵੱਲੋਂ ਖੁਦ। ਪਰ ਲੁਧਿਆਣਾ ਦੇ F2 ਰੇਸਵੇ ਦੇ ਵਿੱਚ ਉਸਦੇ ਬਾਵਜੂਦ ਵੀ ਇੱਕ ਹੋਲੀ ਦਾ ਵੱਡਾ ਇਵੈਂਟ ਔਰਗਨਾਈਜ਼ ਕੀਤਾ ਜਾ ਰਿਹਾ ਵਾ, ਜਿੱਥੇ ਵੱਡਾ ਇਕੱਠ ਹੋਣ ਦੀ ਜਿਹੜੀ ਹੈਗੀ ਹੈ ਸੰਭਾਵਨਾ ਜਤਾਈ ਜਾ ਰਹੀ ਹੈ। ਅਤੇ ਦੇਖਣਾ ਇਹ ਹੋ ਗਿਆ ਕਿ ਇਸ ਐਡਵਾਈਜ਼ਰੀ ਤੋਂ ਬਾਅਦ, ਮਾਸ ਗੈਦਰਿੰਗ ਤੋਂ ਗੁਰੇਜ਼ ਕਰਨ ਦੇ ਵਾਲੀ ਐਡਵਾਈਜ਼ਰੀ ਤੋਂ ਬਾਅਦ ਜਿਹੜੇ ਇਵੈਂਟ ਹੋ ਰਹੇ ਨੇ, ਜਿਵੇਂ F2 ਰੇਸਵੇ ਦੇ ਵਿੱਚ ਹੋਲੀ ਦਾ ਇਵੈਂਟ ਹੋ ਰਿਹਾ, ਉੱਥੇ ਜੋ ਸਰਕਾਰ ਅਤੇ ਪ੍ਰਸ਼ਾਸਨ ਦੀਆਂ ਐਡਵਾਈਜ਼ਰੀਆਂ ਨੇ, ਜੋ ਪ੍ਰਿਕੋਸ਼ਨਸ ਯੂਜ਼ ਹੋਣੇ ਜ਼ਰੂਰੀ ਨੇ, ਉਸ ਨੂੰ ਯੂਜ਼ ਕੀਤਾ ਜਾਂਦਾ ਹੈ ਕਿ ਨਹੀਂ, ਇਹ ਦੇਖਣ ਵਾਲੀ ਗੱਲ ਹੋਵੇਗੀ। ਉੱਧਰ ਜਦੋਂ ਇਸ ਨੂੰ ਲੈ ਕੇ ਪੁਲਿਸ ਕਮਿਸ਼ਨਰ ਰਕੇਸ਼ ਅਗਰਵਾਲ ਦੇ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਸਾਫ਼ ਕਿਹਾ ਕਿ ਐਡਵਾਈਜ਼ਰੀ ਨੂੰ ਫੋਲੋ ਨਾ ਕਰਨ ਵਾਲਿਆਂ ਤੇ ਲੁਧਿਆਣਾ ਪੁਲਿਸ ਸਖਤ ਕਾਰਵਾਈ ਕਰੇਗੀ। ਇਹ ਵਿੱਚ ਜੋ ਸਰਕਾਰੀ ਤੌਰ ਤੇ ਜਿੰਨੇ ਵੀ ਪ੍ਰੋਗਰਾਮ ਸੀਗੇ ਉਹ ਐਡਮਿਨਿਸਟ੍ਰੇਸ਼ਨ ਵੱਲੋਂ ਕੈਂਸਲ ਕਰ ਦਿੱਤੇ ਗਏ ਹਨ, ਐਂਡ ਜੋ ਪ੍ਰਾਈਵੇਟ ਤੌਰ ਤੇ ਹੋ ਰਹੇ ਹਨ ਉਹਨਾਂ ਨੂੰ ਅਸੀਂ ਆਰਗੇਨਾਈਜ਼ਰਸ ਨੂੰ ਐਡਵਾਈਜ਼ਰੀ ਜਾਰੀ ਕੀਤੀਆਂ ਹਨ ਕਿ ਜਿਹਨੇ ਦੀ ਕਿ ਉਹ ਜਦੋਂ ਪ੍ਰੋਗਰਾਮਸ ਕਰਦੇ ਹਨ ਤੇ ਉਹਨਾਂ ਦੀ ਪਾਲਣਾ ਕਰਨ ਤਾਂ ਕਿ ਉਹ ਇਸ ਤਰੀਕੇ ਦੀ ਜੋ ਵੀ ਬਿਮਾਰੀ ਹੈ ਉਸ ਤੋਂ ਬਚਾਅ ਹੋ ਸਕੇ। ਖੈਰ ਇਸ ਪ੍ਰੋਗਰਾਮ ਦੇ ਆਰਗੇਨਾਈਜ਼ਰ ਵੱਲੋਂ ਪ੍ਰੋਗਰਾਮ ਤਾਂ ਰੱਦ ਨਹੀਂ ਕੀਤਾ ਗਿਆ, ਪਰ ਹੁਣ ਵੇਖਣਾ ਹੋਏਗਾ ਕਿ ਇਹ ਆਰਗੇਨਾਈਜ਼ਰ ਐਡਵਾਈਜ਼ਰੀ ਨੂੰ ਫੋਲੋ ਕਰ ਪਾਉਂਦੇ ਨੇ ਜਾਂ ਫਿਰ ਅਣਗਹਿਲੀ ਵਰਤਣ ਵਾਲਿਆਂ ਤੇ ਪੰਜਾਬ ਪੁਲਿਸ ਕੀ ਕਾਰਵਾਈ ਕਰੇਗੀ। ਲੁਧਿਆਣਾ ਤੋਂ ਵਿਵੇਕ ਢਾਲ ਦੀ ਰਿਪੋਰਟ। ਆਲ ਵਰਲਡ ਓਪਨ ਚੈਲੰਜ 17 ਟਾਈਮ ਗੋਲਡ ਮੈਡਲਿਸਟ ਮੀਆਂ ਰਫੀਕ ਮੁਹੰਮਦ, ਪੰਡਿਤ ਮੌਲਵੀ ਬੇਗਮ ਤਾਂਤਰਿਕ, ਇਹਨਾਂ ਚੋਰਾ ਠੱਗਾਂ ਤੋਂ ਸਾਵਧਾਨ। ਸਪੈਸ਼ਲਿਸਟ ਵਸ਼ੀਕਰਨ, ਸੱਟਾ ਨੰਬਰ, ਲਵ ਮੈਰਿਜ, ਪਤੀ ਪਤਨੀ ਚ ਅਨਬਨ, ਵਿਦੇਸ਼ ਚ ਪੱਕਾ ਹੋਣਾ, ਕਾਰੋਬਾਰ ਦਾ ਨਾ ਚੱਲਣਾ, ਸਿਰਫ 31 ਘੰਟਿਆਂ ਵਿੱਚ ਸਮਾਧਾਨ। ਫ੍ਰੀ 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 ਮੀਆਂ ਰਫੀਕ ਮੁਹੰਮਦ, ਮੋਬਾਈਲ 84374 94648, 84374 94648।